ਬੋਲੋ ਜੀ ਗਊ ਮਾਤਾ ਕੀ ਜੈ। ਅੱਜ ਅਸੀਂ ਸ਼੍ਰੀ ਕ੍ਰਿਸ਼ਨਾ ਜਿਹੜੀ ਮੰਦਿਰ ਗਊਸ਼ਾਲਾ ਸੰਗਰੂਰ ਦੇ ਵਿੱਚ ਉਹਦੇ ਵਿੱਚ ਆਏ ਹਾਂ ਅਤੇ ਉਸ ਪਰਵਰਦਿਗਾਰ ਦੀ ਵਾਹਿਗੁਰੂ ਦੀ ਪਰਮਾਤਮਾ ਦੀ ਕਿਰਪਾ ਹੋਈ ਹੈ ਕਿ ਅਸੀਂ ਇੱਕ ਛੋਟੀ ਜਿਹੀ ਡਾਕੂਮੈਂਟਰੀ ਬਣਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਜਿਹੜੇ ਗਊ ਮਾਤਾ ਦੇ ਦਰਸ਼ਨ ਵੀ ਤੁਹਾਨੂੰ ਕਰਵਾਵਾਂਗੇ ਅਤੇ ਜਿਹੜੀ ਇਹਦੀ ਇੱਥੇ ਗਊਸ਼ਾਲਾ ਦੇ ਵਿੱਚ ਉਹਦੀ ਦੇਖ ਰੇਖ ਕੀਤੀ ਜਾਂਦੀ ਹੈ ਗਊ ਮਾਤਾ ਦੀ ਉਹਦੇ ਬਾਰੇ ਦੱਸਾਂਗੇ ਕਿਸ ਤਰ੍ਹਾਂ ਇਹ ਗਊਆਂ ਲੈ ਕੇ ਆਉਂਦੇ ਨੇ ਵੱਖ ਵੱਖ ਥਾਵਾਂ ਤੋਂ ਅਤੇ ਕਿਸ ਤਰ੍ਹਾਂ ਇਹਨਾਂ ਨੂੰ ਅੱਗੇ ਸੰਭਾਲਿਆ ਜਾਂਦਾ। ਸਾਡੇ ਨਾਲ ਅੱਜ ਗਊਸ਼ਾਲਾ ਦੀ ਜਿਹੜੀ ਟੋਟਲ ਟੀਮ ਹੈ ਉਹਦੇ ਟੀਮ ਦੇ ਮੈਂਬਰ ਨੇ ਥੋੜ੍ਹੀ ਥੋੜ੍ਹੀ ਗੱਲਬਾਤ ਆਪਾਂ ਕਰਾਂਗੇ ਅਤੇ ਉਸ ਤੋਂ ਬਾਅਦ ਤੁਹਾਨੂੰ ਸਾਰਾ ਜਿਹੜਾ ਇਹਨਾਂ ਦਾ ਸਿਸਟਮ ਹੈ ਉਹਦੇ ਦਰਸ਼ਨ ਕਰਾਵਾਂਗੇ। ਕਿਸ ਤਰ੍ਹਾਂ ਇਹਨਾਂ ਨੂੰ ਜਿਹੜਾ ਕੱਖ ਹੈ ਘਾਹ ਹੈ ਜਿਹੜਾ ਉਹ ਪਾਇਆ ਜਾਂਦਾ, ਕਿਸ ਤਰ੍ਹਾਂ ਇਹਨਾਂ ਦਾ ਕੇਅਰ ਕੀਤੀ ਜਾਂਦੀ ਹੈ। ਰਮੇਸ਼ ਜੀ, ਜਿਸ ਤਰ੍ਹਾਂ ਕਿ ਅੱਜ ਅਸੀਂ ਗਊ ਮਾਤਾ ਦੇ ਵਿੱਚ ਜਿਹੜੀ ਗਊਸ਼ਾਲਾ ਇੱਥੇ ਜਿੱਥੇ ਗਊ ਮਾਤਾ ਨੂੰ ਰੱਖਿਆ ਜਾਂਦਾ ਉੱਥੇ ਆਏ ਹਾਂ ਅਤੇ ਤੁਸੀਂ ਇਹ ਦੱਸੋ ਇਹਦੀ ਸਥਾਪਨਾ ਕਦੋਂ ਹੋਈ ਸੀ ਰਮੇਸ਼ ਜੀ? ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਇੱਥੇ ਆਉਣ 'ਤੇ ਜੀ। ਅਤੇ ਇਹ ਗਊਸ਼ਾਲਾ ਸਾਡੀ ਪ੍ਰਾਚੀਨ ਗਊਸ਼ਾਲਾ 17 ਦੇ ਵਿੱਚ ਮਹਾਰਾਜਾ ਜੀਂਦ ਨੇ ਸਥਾਪਿਤ ਕੀਤੀ ਸੀ ਜੀ। ਉਸ ਦੇ ਵਿੱਚ ਸਮੇਂ ਦੇ ਵਿੱਚ ਸੋਧ ਹੁੰਦੇ ਰਹੇ ਹਾਂ। ਹੁਣ ਜਿਹੜੀ ਸਾਡੀ ਟੀਮ ਹੈ ਉਸ ਟੀਮ ਨੇ ਇਸ ਨੂੰ ਬੜੇ ਰੰਗ ਰੂਪ ਦੇ ਕੇ ਬੜਾ ਸੰਵਾਰਿਆ। ਤਕਰੀਬਨ 1300 ਦੇ ਲਗਭਗ ਸਾਡੇ ਕੋਲ ਜਿਹੜਾ ਗਊ ਧਨ ਹੈ ਅਸੀਂ ਉਹਦੀ ਸਾਫ਼ ਸੰਭਾਲ ਕਰਦੇ ਹਾਂ। ਔਰ ਜਿਹੜਾ ਗਊ ਧਨ ਤੁਸੀਂ ਸਵਾਲ ਕੀਤਾ ਹੈਗਾ ਵੀ ਇਹ ਜਿਹੜੇ ਸੜਕਾਂ 'ਤੇ ਗਊ ਧਨ ਬੇਸਹਾਰਾ ਫਿਰਦਾ, ਉੱਥੋਂ ਅਸੀਂ ਲੈ ਕੇ ਆਉਂਦੇ ਹਾਂ, ਉਹਨਾਂ ਦੀ ਸੰਭਾਲ ਕਰਦੇ ਹਾਂ, ਉਹਨਾਂ ਦੀ ਜਿਹੜੇ ਡਾਕਟਰ ਰੱਖੇ ਹੋਏ ਬਕਾਇਦਾ ਉਹਨਾਂ ਟ੍ਰੀਟਮੈਂਟ ਕਰਦੇ ਹਾਂ। ਟ੍ਰੀਟਮੈਂਟ ਕਰਨ ਤੋਂ ਬਾਅਦ ਉਹਨਾਂ ਨੂੰ ਪ੍ਰੋਪਰ ਜਿਹੜਾ ਹੈਗਾ ਅਸੀਂ ਉੱਥੇ ਹਰਾ ਚਾਰਾ ਦਿੰਦੇ ਹਾਂ, ਸੇਵਾ ਕਰਦੇ ਹਾਂ। ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ ਅਸੀਂ ਮੈਂਬਰ ਬਣਾਏ ਹੋਏ ਹੈ। ਉਹਨਾਂ ਕਿੰਨੀ ਮੈਂਬਰੀ ਟੀਮ ਹੈ ਜੀ ਇਹ ਸਾਡੇ ਕੋਲ ਜਿਹੜੀ ਹੈ? ਵੈਸੇ ਤਾਂ ਅੱਛਾ ਜੀ 183 ਜਿਹੜੀ ਸਾਡੀ ਵਰਕਿੰਗ ਕਮੇਟੀ ਮੈਂਬਰ ਟੀਮ ਹੈ ਸਾਡੀ ਟੋਟਲ ਜੀ। ਔਰ ਉਹਦੇ ਵਿੱਚ ਜਿਹੜੀ ਸਾਡੀ ਵਰਕਿੰਗ ਕਮੇਟੀ ਮੈਂਬਰ ਆ ਉਹ 21 ਮੈਂਬਰੀ ਹੈ ਜੀ, ਔਰ ਕਾਰਜਕਾਰੀ ਮੈਂਬਰ ਸਾਡੀ 11 ਮੈਂਬਰੀ ਹੈ ਜੀ। ਲੇਕਿਨ ਸਾਰੇ ਸ਼ਹਿਰ ਦਾ ਔਰ ਸਾਰੇ ਸਮਾਜ ਦਾ ਸਾਨੂੰ ਸਹਿਯੋਗ ਮਿਲਦਾ ਜੀ। ਔਰ ਫਿਰ ਵੀ ਜਿਹੜੀ ਸਾਡੀ ਸਮੱਸਿਆ ਅਸੀਂ ਸਮਝਦੇ ਹਾਂ, ਬਹੁਤ ਦੇਰ ਤੋਂ ਜਿਹੜੀ ਸਮੱਸਿਆ ਲਟਕਦੀ ਆ ਰਹੀ ਹੈ, ਪੰਜਾਬ ਸਰਕਾਰ ਨਾਲ ਵੀ ਅਸੀਂ ਕਾਫੀ ਵਾਰ ਮਿਲ ਚੁੱਕੇ ਹਾਂ ਜੀ, ਉਪ ਮੁੱਖ ਮੰਤਰੀ ਨਾਲ, ਮੰਤਰੀਆਂ ਨਾਲ, ਅਤੇ ਜਿਹੜੀ ਸਮੱਸਿਆ ਹਾਲੇ ਵੀ ਤਿਉਂ ਦੀ ਤਿਉਂ ਹਾਲੇ ਸੜਕਾਂ 'ਤੇ ਜਿਹੜਾ ਬੇਸਹਾਰਾ ਗਊ ਧਨ ਹੈ, ਖਾਸ ਕਰ ਵਿਦੇਸ਼ੀ ਧਨ ਅਸੀਂ ਬੋਲਦੇ ਹਾਂ ਉਸਨੂੰ, ਜਿਹਨੂੰ ਅਸੀਂ HF ਬੋਲਦੇ ਹਾਂ, ਹੋਰ ਬੋਲਦੇ ਹਾਂ, ਵਿਦੇਸ਼ੀ ਗਊ ਹੈ, ਵਿਦੇਸ਼ੀ ਹੈ ਢੱਠੇ ਖਾਸ ਕਰ ਜ਼ਿਆਦਾ ਲੋਕ ਜਿਹੜੀ, ਔਰ ਉਹਨਾਂ ਦੀ ਜਿਹੜੀ ਹੋਂਦ ਹੈ ਉਹ ਜ਼ਿਆਦਾਤਰ ਪਿੰਡਾਂ ਦੇ ਜਿਹੜੀਆਂ ਡੈਰੀ ਫਾਰਮਸ ਹੈਗੀਆਂ ਜਾਂ ਜਿਹੜੇ ਕਿਸਾਨ ਭਰਾ ਕਰਦੇ ਹੈ ਉਹ ਦੇਰ ਸਵੇਰ ਸੜਕਾਂ 'ਤੇ ਆ ਕੇ ਛੱਡਦੇ ਹਨ, ਉਹਨਾਂ ਨੂੰ ਕੋਈ ਰੋਕਦਾ ਨਹੀਂ ਹੈਗਾ। ਔਰ ਜਿਹੜੀ ਸਰਕਾਰ ਹੁਣ ਮੌਜੂਦਾ ਸਰਕਾਰ ਹੈ ਇਹਨਾਂ ਨੂੰ ਵੀ ਅਸੀਂ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਵੀ ਤੁਸੀਂ ਪ੍ਰੋਪਰ ਜਿਹੜੇ ਸਰਕਾਰੀ ਗਊਸ਼ਾਲਾ ਬਣੀਆਂ ਹੋਈਆਂ ਨੇ ਹਾਂਜੀ, ਉਹਨਾਂ ਨੂੰ ਇਸ ਦਾ ਪ੍ਰੋਪਰ ਉੱਥੇ ਤੁਸੀਂ ਲੈ ਕੇ ਜਾਓ ਤਾਂ ਕਿ ਲੋਕ ਜਿਹੜੇ ਮਰਦੇ ਹੈ, ਐਕਸੀਡੈਂਟ ਹੁੰਦੇ ਆ ਰੋਜ਼ਾਨਾ ਜੀ, ਰੋਜ਼ਾਨਾ ਇੱਕ ਦੋ ਐਕਸੀਡੈਂਟ ਹੁੰਦੇ ਆ, ਲੱਖਾਂ ਰੁਪਏ ਦਾ ਜਿਹੜਾ ਹੈ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ, ਔਰ ਜਿਹੜੇ ਕੀਮਤੀ ਜਾਨਾਂ ਜਾਂਦੀਆਂ ਉਹਨਾਂ ਤੋਂ ਵੀ ਜਿਹੜੀ ਹੈ ਸਰਕਾਰ ਹਜੇ ਇਸ ਗੱਲ ਲੋਕਾਂ ਨੂੰ ਬਚਾਇਆ ਬਚਾਇਆ ਜਾ ਸਕਦਾ, ਪਰ ਸਰਕਾਰ ਸੁੱਤੀ ਪਈ ਹੈ। ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਜੀ, ਔਰ ਇਸ ਰਾਹੀਂ ਆਪਣੇ ਚੈਨਲ ਰਾਹੀਂ ਵੀ ਉਸ ਨੂੰ ਮੁੱਦਾ ਬੜਾ ਬਣਾ ਕੇ, ਗੰਭੀਰ ਮੁੱਦਾ, ਗੰਭੀਰ ਮੁੱਦੇ ਨੂੰ ਲੈ ਕੇ ਪਹਿਲੇ ਪਹਿਲ 'ਤੇ ਇਹਨੂੰ ਨਜਿੱਠਣਾ ਚਾਹੀਦਾ ਜੀ, ਤਾਂ ਕਿ ਜਿਹੜੇ ਸਮਾਜ ਦੇ ਵਿੱਚ ਸਾਡੀ ਖੁਸ਼ਹਾਲੀ ਅਸੀਂ ਕਰ ਸਕੀਏ। ਜਿਸ ਤਰ੍ਹਾਂ ਕਿ ਰਮੇਸ਼ ਜੀ ਆਪਣੇ ਨਾਲ ਪ੍ਰਧਾਨ ਜੀ ਵੀ ਹੈ ਸ਼ਾਇਦ ਗਊਸ਼ਾਲਾ ਦੇ, ਅਤੇ ਕੈਲਾਸ਼ ਬਾਂਸਲ ਸਾਹਿਬ, ਬਾਂਸਲ ਸਾਹਿਬ ਜਿਸ ਤਰ੍ਹਾਂ ਬਹੁਤ ਵੱਡੀ ਗੱਲ ਕੀਤੀ, ਪਰ ਮੈਨੂੰ ਪਤਾ ਚੱਲਿਆ ਹੁਣੀ ਕਿ ਇੱਥੇ ਗੱਲਬਾਤ ਹੋ ਰਹੀ ਸੀ ਤੁਹਾਡੇ ਸ਼ਹਿਰ ਦੇ ਵਿੱਚ ਜਦੋਂ ਅਸੀਂ ਆਏ, ਕਿ ਜਿਹੜੇ ਵਿਜੇਂਦਰ ਸਿੰਘ ਲੈ ਉਹਨਾਂ ਨੇ ਕਾਫੀ ਸ਼ਹਿਰ ਦੀ ਤਰੱਕੀ ਕੀਤੀ ਹੈ, ਉਹਨਾਂ ਦਾ ਇੱਧਰ ਧਿਆਨ ਨਹੀਂ ਹੋਇਆ? ਬਹੁਤ ਜ਼ਿਆਦਾ ਧਿਆਨ ਹੋਇਆ ਜੀ, ਬਹੁਤ ਵਧੀਆ ਵਿਚਾਰਿਆਂ ਨੇ ਪੈਸੇ ਸਾਨੂੰ ਦਿੰਦੇ ਨੇ ਜੀ, ਪਰ ਜਿਹੜਾ ਹੁਣ ਸਾਡੇ ਪਿਛਲੇ ਰੁਪਈਏ ਖੜੇ ਤੇ ਗਏ, ਗੌਰਮੈਂਟ ਨਾਲ ਸਾਡਾ ਐਗਰੀਮੈਂਟ ਹੋਇਆ ਸੀ ਜੀ, ਉਹ ਸਾਨੂੰ ਬਕਾਇਆ ਨਹੀਂ ਪੈਸੇ ਦੇ ਭੁਗਤਾਨ ਨਹੀਂ ਹੋਇਆ। ਨੰਬਰ 2, ਜਦ ਗਊ ਧਨ ਉੱਥੇ ਆਪਣਾ ਟੈਕਸ ਲੈ ਰਹੇ ਨੇ ਸਾਡੇ ਤੋਂ, ਹਾਂ ਸਾਰਾ ਜਿਵੇਂ ਬਿਜਲੀ ਦਾ ਗਊ ਧਨ, ਹਾਂ ਲੈ ਰਹੇ ਨੇ, ਹੋਰ ਸਮਾਨਾਂ ਤੋਂ ਲੈ ਰਹੇ ਨੇ ਜੀ, ਉਹ ਗਊ ਸਾਲਾਂ ਨੂੰ ਕਿਸੇ ਨੂੰ ਪੈਸਾ ਨਹੀਂ ਦੇ ਰਹੇ ਹਾਂਜੀ, ਅਤੇ ਬਾਕੀ ਸਾਨੂੰ ਉਹਨਾਂ ਨੇ ਕਿਹਾ ਸੀਗਾ ਵੀ ਬਿਜਲੀ ਦਾ ਬਿੱਲ ਮਾਫ਼ ਕਰਾਂਗੇ ਜੀ, ਉਹ ਉਸ ਤਰ੍ਹਾਂ ਹੀ ਚੱਲੀ ਜਾਂਦਾ ਪੈਂਡਿੰਗ ਹੈ, ਅਤੇ ਉਸਦੇ ਬਾਰੇ ਅਸੀਂ ਜਿਸ ਤਰ੍ਹਾਂ ਤੁਸੀਂ ਕੀ ਸੋਚਦੇ ਹੋ ਵੀ ਇਹ ਜਿਹੜਾ ਮਾਫ਼ ਕਰਨਾ ਸੀ ਇਹਨਾਂ ਨੇ ਜਿਹੜਾ ਬਿੱਲ, ਇਹ ਸਾਰੇ ਪੰਜਾਬ ਦੀਆਂ ਗਊਸ਼ਾਲਾ, ਸਾਰੇ ਪੰਜਾਬ ਦੀ ਗਊਸ਼ਾਲਾ ਕਿਤੇ ਵੀ ਨਹੀਂ ਹੋਇਆ? ਹਾਂਜੀ ਜੀ, ਮੈਂ ਦੱਸਦਾ ਜੀ ਇੱਕ ਮਿੰਟ ਜੀ ਜੀ ਰਮੇਸ਼ ਜੀ, ਅੱਜ ਤੋਂ ਜਦੋਂ ਬਾਦਲ ਸਰਕਾਰ ਸੀਗੀ ਹਾਂਜੀ, ਸਾਡੀ ਜਦੋਂ ਜਹਿਦ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਬਹੁਤ ਵੱਡੀ ਮੁਹਿੰਮ ਚਲਾਈ ਸੀ ਜੀ, ਕਿਉਂਕਿ ਮੈਂ ਐਜ ਏ ਪੰਜਾਬ ਦਾ ਪ੍ਰਧਾਨ ਆ ਜਿਹੜਾ ਹੈਗਾ
ਗਊਸ਼ਾਲਾ ਪ੍ਰਧਾਨ ਪੰਜਾਬ, ਹਾਂ ਪੰਜਾਬ ਦਾ ਪ੍ਰਧਾਨ ਆ, ਉਸ ਕਰਕੇ ਮੈਨੂੰ ਇਸ ਗੱਲ ਦੀ ਪੰਜਾਬ ਦੇ ਵਿੱਚ ਸਾਰੀ ਨੌਲੇਜ ਰਹਿੰਦੀ ਹੈ। ਬੜੇ ਮੰਤਰੀਆਂ ਨਾਲ ਵੀ ਮੀਟਿੰਗ ਸਾਡੀ ਹੋਈ ਹੈ ਜੀ। 366 ਗਊਸ਼ਾਲਾ ਦਾ ਜਿਹੜਾ ਹੈ ਬਿਜਲੀ ਬਿੱਲ ਮਾਫ ਕੀਤੇ ਸੀ। ਅੱਛਾ ਜੀ, ਉਹਦੇ ਐਵਜ ਦੇ ਵਿੱਚ ਕਾਗਜ਼ਾਂ 'ਚ ਜਿਹੜੇ, ਹਾਂ ਜੀ ਹਾਂ, ਕਾਗਜ਼ਾਂ 'ਚ ਬਕਾਇਦਾ ਮਾਫ ਹੋਇਆ ਹੈ ਜੀ। ਔਰ ਉਸ ਤੋਂ ਬਾਅਦ ਸਾਡੇ ਕੋਲ ਨੋਟੀਫਿਕੇਸ਼ਨ ਦੀ ਕਾਪੀ ਵੀ ਆਈ ਹੈ, ਬਿੱਲ ਮਾਫ ਹੋ ਚੁੱਕੇ ਨੇ, ਹਾਂ ਹੋ ਗਏ। ਲੇਕਿਨ ਜਿਹੜੀ ਹੁਣ ਮੌਜੂਦਾ ਸਰਕਾਰਾਂ ਨੇ ਮੁੜ ਤੋਂ ਬਿੱਲ ਲਾਤੇ। ਓਹੋ। ਔਰ ਲਾਉਣ ਤੋਂ ਬਾਅਦ ਅਸੀਂ ਕੀ ਕੀਤਾ, ਉਹਨਾਂ ਨੂੰ ਬਥੇਰੀਆਂ ਬੇਨਤੀਆਂ ਕੀਤੀਆਂ, ਅੱਖੀ ਸਾਨੂੰ ਹਾਈ ਕੋਰਟ ਦੇ ਵਿੱਚ ਜਾ ਕੇ ਰਿੱਟ ਪਾਉਣੀ ਪਈ ਜੀ। ਸਾਡੀ ਹੁਣ ਰਿੱਟ ਚੱਲ ਰਹੀ ਹੈ, 31 ਮਾਰਚ ਦੀ ਉਹਦੀ ਲਾਸਟ ਹੁਣ ਸੁਣਵਾਈ ਹੈਗੀ। ਦੇਖੋ ਹੁਣ ਕੀ ਫੈਸਲਾ ਹੁੰਦਾ ਜੀ। ਬਿਜਲੀ ਦੇ ਉੱਪਰ 2 ਪੈਸੇ ਕੋ ਸੈਸਲ ਆ ਰਿਹਾ, 9 ਚੀਜ਼ਾਂ ਹੋਰ ਹੈ ਜਿਹਦੇ ਉੱਪਰ ਕਿ ਜਿਵੇਂ ਸ਼ਰਾਬ ਹੈ ਆਪਣੇ ਸਮੈਂਟ ਦੇ ਉੱਪਰ 10 ਰੁਪਏ ਬੋਰੀ ਹੈ, ਜਿਵੇਂ ਮੈਰਿਜ ਪਹਿਲੇ ਸਾਂ ਦੇ ਉੱਪਰ 1000-1500 ਰੁਪਏ ਪਰ ਮੈਰਿਜ ਤੋਂ ਲੈ ਰਹੇ ਹੈ ਜੀ। ਕਹਿੰਦਾ ਭਾਵ ਇਹ ਹੈ ਵੀ 1 ਕਰੋੜ ਰੁਪਏ ਤਾਂ ਆਪ ਕਮਾ ਰਹੇ ਹੈ ਜੀ, ਲੇਕਿਨ ਉਹਦੇ ਐਵਜ਼ ਦੇ ਵਿੱਚੋਂ ਦੇ ਕੁਛ ਨਹੀਂ ਰਹੀ ਸਰਕਾਰ। ਇਹ ਰਮੇਸ਼ ਜੀ ਬੜੀ ਵੱਡੀ ਗੱਲ ਤੁਸੀਂ ਕਹੀ ਹੈ ਕਿ 1 ਕਰੋੜ ਰੁਪਏ ਇਕੱਠਾ ਕਰਕੇ ਫਿਰ ਇਹ ਪੈਸਾ ਜਿਸ ਕੰਮ ਲਈ ਲਿੱਤਾ ਜਾਂਦਾ ਉਹਦੇ ਲਈ ਤੇ ਕਿਉਂ ਨਹੀਂ ਲਾਇਆ? ਹਾਂ ਨਹੀਂ ਲਾਇਆ ਜਾਂਦਾ, ਇਹੀ ਤਾਂ ਗੱਲ ਕੀ ਗੱਲ ਹੈ। ਸਰਕਾਰੀ ਗਊਸ਼ਾਲਾ ਬਣਿਆ ਹਰ ਜ਼ਿਲ੍ਹੇ ਦੇ ਵਿੱਚ, ਅਸੀਂ ਬਣਵਾਈ ਹੈ ਕਹਿ ਕੇ ਉਸ ਨਹੀਂ। ਜੇ ਆਪਾਂ ਹਾਈ ਕੋਰਟ ਨੂੰ ਇਹ ਜਦੋਂ ਹੁਣ ਆਪਾਂ ਨੇ ਰਿੱਟ ਪਾਈ ਹੈ ਤੇ ਉੱਥੇ ਇਹ ਕੁਐਸਚਨ ਤਾਂ ਬਹੁਤ ਵੱਡਾ ਉੱਠੇਗਾ ਤੇ ਇਹਦਾ ਅਸੀਂ ਆਨਸਰ ਵੀ ਆਪਣੀ ਫੇਵਰ 'ਚ ਹੋਣਾ ਚਾਹੀਦਾ। ਰਿੱਟ ਦੇ ਵਿੱਚ ਪਾਈ ਹੋਈ ਗੱਲ ਅਸੀਂ ਇਹ ਹੈ ਵੀ ਤੁਸੀਂ ਸੈਸ ਲੈ ਰਹੇ ਹੋ ਹਾਂਜੀ, ਤਾਂ ਜ਼ਿੰਮੇਵਾਰੀ ਸੰਭਾਲਣ ਦੀ ਤੁਹਾਡੀ ਬਣਦੀ ਹੈਗੀ ਜੀ। ਵੈਸੇ ਵੀ ਜਿਹੜਾ ਹੈ ਧਾਰਾ 1966 ਦੇ ਮੁਤਾਬਿਕ ਜਿੰਨੀ ਲੋਕਲ ਬਾਡੀ ਹੈਗੀ, ਲੋਕਲ ਫੋਨ ਬੰਦ ਕਰੋ ਜੀ ਪਲੀਜ਼, ਕਿਹਦਾ ਲੋਕਲ ਫੋਨ, ਹਾਂ ਸਾਰਾ ਇੱਕ ਮਿੰਟ ਰੁਕ ਜਾਓ, ਫੋਨ ਸਾਰਾ ਵਿੱਚ ਖਰਾਬ ਹੋ ਜੂ, ਕੰਮ ਉੱਥੋਂ ਹੀ ਚੱਕਿਓ ਠੀਕ। ਹਾਂ ਜਿਹੜੇ ਲੋਕਲ ਬਾਡੀ, ਲੋਕਲ ਵੈਸੇ ਵੀ ਇਹ ਜਿਹੜੀ ਧਾਰਾ 1966 ਦੇ ਤਹਿਤ ਲੋਕਲ ਬਾਡੀ ਦੀ ਜ਼ਿੰਮੇਵਾਰੀ ਬਣਦੀ ਹੈ, ਜਿੰਨੇ ਵੀ ਆਪਣੇ ਬੇਸਹਾਰਾ ਗਊਧਨ ਹੈ ਜੀ ਸੜਕਾਂ 'ਤੇ ਫਿਰਦਾ, ਚਾਹੇ ਬਿਮਾਰ ਹੈ ਚਾਹੇ ਬੇਰਾਜੀ ਹੈ, ਲੋਕਾਂ ਛੱਡਿਆ ਹੋਇਆ ਹੈ ਜੀ, ਉਹ ਸਾਰਾ ਦਾ ਸਾਰਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੀ, ਪਰ ਉਹ ਨਹੀਂ ਜਾਂ ਸਾਂਭਦੀ ਹੈਗੀ ਇਹ ਜਿਸ ਤਰ੍ਹਾਂ ਕਿ। ਔਰ ਇਹਦੇ ਵਿੱਚ ਹੋਰ ਵੀ ਗੱਲ ਕਹੂੰਗਾ, ਸਾਡੇ ਜਿਹੜੇ ਇਸ ਗੱਲ ਦੇ ਵਿੱਚ ਜਿਹੜੇ ਧਰਮ ਪ੍ਰੇਮੀ ਸੱਜਣ ਹੈ ਜੀ, ਉਹਨਾਂ ਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਕਿ ਜਦੋਂ ਸਾਡੀ ਅਸੀਂ ਮਾਂ ਕਹਿੰਦੇ ਜਿਸ ਨੂੰ ਅਸੀਂ ਉਹ ਸੜਕਾਂ 'ਤੇ ਗੰਦਗੀ ਖਾ ਰਹੀ ਹੈ। ਇਹ ਹਿੰਦੂ ਧਰਮ ਦੇ ਵਿੱਚ ਗਊ ਮਾਤਾ ਨੂੰ ਇੰਨਾ ਮਾਨ ਸਨਮਾਨ ਦਿੱਤਾ ਜਾਂਦਾ, ਫਿਰ ਵੀ ਜਿਹੜੇ ਸਾਡੇ ਹਿੰਦੂ ਕਈ ਲੀਡਰ ਹੈ ਉਹ ਇੱਧਰ ਧਿਆਨ ਕਿਉਂ ਨਹੀਂ ਦਿੰਦੇ? ਉਹਨਾਂ ਦੇ ਮਨ ਦੇ ਵਿੱਚ ਕੋਈ ਭੈ ਨਹੀਂ ਹੈ ਇਸ ਗੱਲ ਦਾ? ਰਾਜਨੀਤੀ ਰਾਜਨੀਤੀ ਦਾ ਵੱਡਾ ਕਾਰਨ ਹੈ, ਜਿੱਥੇ ਉਹਨਾਂ ਨੂੰ ਵੋਟਾਂ ਵੱਧ ਲੱਗਦੀਆਂ ਉੱਥੋਂ ਉਹਨਾਂ ਨੇ ਜਾ ਕੇ ਉਹ ਗੱਲ ਕਰਨੀ, ਅਦਰਵਾਈਜ਼ ਤਾਂ ਕਰਦੇ ਕੋਈ ਨਹੀਂ। ਇੱਕ ਬੜੀ ਵੱਡੀ ਗੱਲ ਹੈ, ਧਰਮ ਨੂੰ ਇਹਨਾਂ ਬੇਜਵਾਨ ਜਾਨਵਰਾਂ ਨਾਲ ਕਿਉਂ ਜੋੜਿਆ ਜਾਂਦਾ? ਇਹ ਬੇਜਵਾਨ ਨਾਲ ਤੁਸੀਂ ਰਾਜਨੀਤੀ ਨੂੰ ਕਿਉਂ ਜੋੜਿਆ ਜਾਂਦਾ? ਹਿੰਦੁਸਤਾਨ ਦੇ ਵਿੱਚ ਵੈਸੇ ਤਾਂ ਮੈਂ ਕਹੂੰਗਾ ਗੱਲ ਬਹੁਤ ਵੱਡੀ ਗੱਲ ਹੈ ਵੀ ਹਿੰਦੁਸਤਾਨ ਦੀ ਅੱਜ ਦੀ ਰਾਜਨੀਤੀ ਬਹੁਤ ਪਤਾ ਨਹੀਂ ਕਿਹੜੇ ਤਰਫ ਜਾ ਰਹੀ ਹੈ, ਗੰਦਲੀ ਹੋ ਗਈ ਹੈ, ਗੰਦਲੀ ਹੋ ਚੁੱਕੀ ਹੈ। ਅਸਲੀ ਮੁੱਦਿਆਂ ਨੂੰ ਭੜਕਾਉਣ ਵਾਸਤੇ ਉਹ ਕਿਸੇ ਪਾਸੇ ਹੋਰ ਦੂਜੇ ਪਾਸੇ ਲੈ ਦਿੰਦੇ ਆ ਜੀ। ਔਰ ਵੱਡੀ ਗੱਲ ਨਹੀਂ ਇਹ, ਕੋਈ ਖਾਸ ਸਮੱਸਿਆ ਜਿਹੜੀ ਅੱਜ ਦੀ ਹੈ ਇਹ ਗਊਧਨ ਦੇ ਸਾਹਮਣ ਦੀ ਕੋਈ ਬਾਹਲੀ ਵੱਡੀ ਸਮੱਸਿਆ ਨਹੀਂ ਹੈ। ਜਿੰਨੇ ਵੀ ਲੋਕਾਂ ਨੂੰ ਜੋੜ ਕੇ ਜਿਵੇਂ ਹੁਣ ਟੈਕਸ ਲਾਣੇ ਹੋਰ ਟੈਕਸ ਲਾ ਲੈਣ ਹਾਂਜੀ, ਕਮ ਸੇ ਕਮ ਇਹਨਾਂ ਨੂੰ ਲੋਕਾਂ ਨੂੰ ਰੰਧਾ ਮਾਰਨ, ਸੜਕਾਂ 'ਤੇ ਜਿਹੜੇ ਜਾ ਰਹੇ ਆ ਟ੍ਰੈਫਿਕ ਹੁੰਦਾ ਪਤਾ ਨਹੀਂ ਚੱਲਦਾ ਲੱਗਦਾ ਡੱਕ ਗੱਡੀ ਵਿੱਚ ਵੱਜਦੀ ਹੈ। ਪ੍ਰਧਾਨ ਜੀ ਇੱਕ ਬਹੁਤ ਵੱਡਾ ਕੁਐਸਚਨ ਤੁਹਾਡੇ ਤੋਂ ਪੁੱਛਣਾ ਸੀਗਾ, ਜਿਸ ਤਰ੍ਹਾਂ ਕਿ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਜਦੋਂ ਦੂਸਰੀ ਵਾਰ ਹੁਣ ਫਿਰ ਸੱਤਾ 'ਚ ਆਈ, ਜਿਹੜੇ ਇਹ ਦੰਗੇ ਫਸਾਦ ਤੱਕ ਵੀ ਗੱਲ ਪਹੁੰਚ ਜਾਂਦੀ ਹੈ, ਇਹ ਜੇ ਕੋਈ ਗਊ ਮਾਤਾ ਨੂੰ ਵੱਢਿਆ ਜਾਂਦਾ, ਇੱਕ ਪਾਸੇ ਗਊਆਂ ਨੂੰ ਕਿਉਂ ਵੱਢਿਆ ਜਾ ਰਿਹਾ ਇੰਨੀ ਵੱਡੀ ਤਾਦਾਦ ਦੇ ਵਿੱਚ? ਇੰਡੀਆ ਦੇ ਵਿੱਚ ਹੀ ਵੱਢਿਆ ਜਾ ਰਿਹਾ ਅਤੇ ਇਹਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜਿਆ ਜਾ ਰਿਹਾ? ਇਹ ਦੇਸੀ ਗਊ ਨੂੰ ਅਸੀਂ ਮਾਂ ਸਮਝਦੇ ਹਾਂ, ਢੱਠੇ ਕੋਈ ਵੀ ਹੋਵੇ ਜੀ, ਅਤੇ ਜਿਹੜੇ ਹੁਣ ਬਲੈਤੀ ਢੱਠੇ ਆ ਉਹ ਅਸੀਂ ਗਊਸ਼ਾਲਾ ਨਹੀਂ ਉਹਨੂੰ ਅਸੀਂ ਐਂਟਰਟੇਨ ਕਰਦੇ, ਹਾਂ ਠੀਕ ਹੈ ਜੀ। ਅਤੇ ਅਸੀਂ ਇਹੀ ਕਹਿ ਰਹੇ ਹਾਂ ਵੀ ਸਾਡੀ ਦੇਸੀ ਗਊ ਨੂੰ ਜੋ ਵੀ ਹੈ ਸਾਡੀ ਗਊਸ਼ਾਲਾ ਸੰਭਾਲਣ ਨੂੰ ਪੰਜਾਬ 'ਚ ਸਾਰੀਆਂ ਤਿਆਰ ਨੇ, ਹਾਂ ਠੀਕ ਹੈ ਜੀ। ਪਰ ਜਿਹੜੀ ਉਹ ਬਲੈਤੀ ਆਪਣੇ ਵਪਾਰੀ ਛੱਡਦੇ ਨੇ ਜਾਂ ਹੋਰ ਛੱਡਦੇ ਡੈਰੀ ਫਾਰਮ ਵਾਲੇ ਜੀ, ਉਹ ਦੇ ਕਰਕੇ ਚਿੰਬੜਦੇ ਨੇ ਸਾਨੂੰ ਵੀ ਤੁਸੀਂ ਸੰਭਾਲੋ, ਜਿੱਥੋਂ ਜਿਹੜਾ ਕਤਲ ਕਰ ਰਿਹਾ ਜੀ ਉਹਨੂੰ ਤਾਂ ਛੱਡਤਾ ਜੀ, ਜਿਹਨੇ ਛੱਡਿਆ ਗਊਸ਼ਾਲਾ ਵਾਲਿਆਂ ਨੂੰ ਫੜਦੇ ਨੇ, ਇਹ ਸਾਨੂੰ ਸਭ ਵਿੱਚ ਨਹੀਂ ਆ ਰਹੀ। ਪ੍ਰਧਾਨ ਜੀ ਇਹੀ ਸਭ ਤੋਂ ਵੱਡੀ ਗੱਲ ਹੈ, ਲੱਖਾਂ ਗਊਆਂ ਜਿਹੜੀਆਂ ਆਪਣੀਆਂ ਦੇਸੀ ਵੀ ਨੇ ਉਹ ਵੀ ਅਗਰ ਸੜਕਾਂ 'ਤੇ ਫਿਰਦੀਆਂ, ਉਹਨਾਂ ਨੂੰ ਵੀ ਚੱਕ ਕੇ ਲਿਜਾ ਕੇ ਕਤਲ ਕੀਤਾ ਜਾ ਰਿਹਾ ਉਹਨਾਂ ਦਾ, ਅਤੇ ਉਹ ਕਿਵੇਂ ਬਚਾਇਆ ਜਾ ਸਕਦਾ? ਅਸੀਂ ਸਾਡੇ ਸੰਗਰੂਰ ਦੇ ਵਿੱਚ ਸਾਰੇ ਨੇੜੇ ਤੇੜੇ ਪਿੰਡਾਂ 'ਚ ਵੀ ਜੀ ਅਸੀਂ ਸੁਨੇਹਾ ਭੇਜਿਆ ਹੋਇਆ, ਜੇ ਕੋਈ ਦੇਸੀ ਗਊ ਆ ਜੀ ਤਾਂ ਬਗੈਰ ਪੁੱਛੇ ਉਰੇ ਲਿਆਓ ਜੀ, ਜੇ ਮਿਕਸ ਆ ਜਾਂ ਬਲੈਤੀ ਆ ਉਹ ਅਸੀਂ ਲੈਣ ਨੂੰ ਜੀ ਐਂਟਰਟੇਨ ਨਹੀਂ ਕਰਦੇ ਉਹਨਾਂ ਨੂੰ ਨਹੀਂ ਇੱਥੇ। ਅਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਗੱਲਬਾਤ ਚੱਲ ਰਹੀ ਸੀ ਕਿ ਗਊਆਂ ਦਾ ਇੱਥੇ ਇਲਾਜ ਵੀ ਕੀਤਾ ਜਾਂਦਾ, ਅਤੇ ਉਹ ਕਿਸ ਤਰ੍ਹਾਂ ਉਹਦੇ ਬਾਰੇ ਜ਼ਰੂਰ ਦੱਸੋ।
ਤੇ ਜੇ ਕੋਈ ਸੀਰੀਅਸ ਉਹਨਾਂ ਨੂੰ ਇੰਜਰੀਜ਼ ਆਈਆਂ ਹੁੰਦੀਆਂ ਨੇ ਤਾਂ ਕਿਸ ਲੈਵਲ ਤੱਕ ਉਹਨਾਂ ਦਾ ਇਲਾਜ ਕੀਤਾ ਜਾਂਦਾ? ਮਤਲਬ ਅਸੀਂ ਜਿੰਨਾ ਕੁ ਇਲਾਜ ਇੱਥੇ ਪੋਸੀਬਲ ਹੈ ਜੀ ਇੱਥੇ ਇਲਾਜ ਕੀਤਾ ਜਾਂਦਾ, ਹਰੇਕ ਪਸ਼ੂ ਦਾ ਇਲਾਜ ਕੀਤਾ। ਨਹੀਂ ਮਤਲਬ ਡਾਕਟਰ ਰੱਖੇ ਹੋਏ ਆ ਤੁਸੀਂ? ਮੈਂ ਡਾਕਟਰ, ਤੁਹਾਡੀ ਡਿਊਟੀ ਹੈ? ਮੈਂ ਰਿਟਾਇਰਡ ਡਾਕਟਰ। ਜੀ ਜੀ, ਤੁਹਾਡੀ ਮਤਲਬ ਡਿਊਟੀ ਹੈ ਕੇਅਰ ਕਰਨ ਦੀ ਇਸ ਚੀਜ਼ ਦੀ? ਇਹ ਸਾਡਾ ਜਿੰਮਾ ਜੀ, ਸਾਡੀ ਜ਼ਿੰਮੇਵਾਰੀ ਹੈ, ਜਿੰਨਾ ਇਲਾਜ ਹੈ ਉਹ ਇੱਥੇ ਕੀਤਾ ਜਾਂਦਾ। ਕੋਈ ਇਲਾਜ ਦੀ ਕਮੀ ਦੇ ਕਾਰਨ ਵੀ ਗਊਆਂ ਦੀ ਮੌਤ ਵੀ ਹੋ ਜਾਂਦੀ ਹੈ ਕੋਈ, ਇਲਾਜ ਦੀ ਕਮੀ ਕਾਰਨ? ਹੁਣ ਜਿਹੜੇ ਬੁੜੇ ਪਸ਼ੂ ਇੱਥੇ ਆਉਂਦੇ ਆ, ਠੀਕ ਹੈ, ਹੈਂਡੀਕੈਪਡ ਆਉਂਦੇ ਆ ਜੀ, ਡੈਥ ਤਾਂ ਉਹਨਾਂ ਦੀ ਹੋਣੀ ਹੁੰਦੀ ਹੈ, ਜਿਹੜੇ ਮਤਲਬ ਇਲਾਜ ਦੇ ਸਟੇਜ ਤੋਂ ਟੱਪ ਚੁੱਕੇ ਆ ਜੀ, ਜਿਨ੍ਹਾਂ ਦਾ ਇਲਾਜ ਨਹੀਂ ਹੋ ਸਕਦਾ, ਬਾਕੀਆਂ ਦਾ ਇਲਾਜ ਹੋ ਜਾਂਦਾ, ਬਾਕੀਆਂ ਦਾ ਇਲਾਜ। ਜਿਸ ਤਰ੍ਹਾਂ ਕਿ ਰਮੇਸ਼ ਜੀ ਤੁਸੀਂ ਬਹੁਤ ਅੱਛੀ ਗੱਲ ਦੱਸ ਰਹੇ ਹੋ, ਸਾਰੇ ਜਿਵੇਂ ਪ੍ਰਧਾਨ ਵੀ ਹੋ ਪੂਰੇ ਪੰਜਾਬ ਦੇ ਗਊਸ਼ਾਲਾ ਜਿਹੜੀ ਯੂਨੀਅਨ ਹੈ, ਅਤੇ ਇੱਕ ਗੱਲ ਬਹੁਤ ਪੁੱਛਣੀ ਜ਼ਰੂਰੀ ਹੈ, ਜਿਹੜਾ ਇਹ ਖਰਚਾ ਹੈ ਇੱਥੇ ਕਿੰਨਾ ਕੁ, ਜਿਹੜਾ ਇੱਕ ਮਹੀਨੇ ਦਾ 1300 ਜਿਹੜਾ ਗਊਧਨ ਹੈ ਕਿੰਨਾ ਖਰਚਾ ਆ ਜਾਂਦਾ, ਕਿਵੇਂ ਅਫੋਰਡ ਹੁੰਦਾ ਇਹ? ਇਹ ਸਮਾਜ ਦੇ ਜਿਹੜੇ ਹੈ ਦਾਨ ਦੇ ਨਾਲ, ਦਾਨਵੀਰ ਸੱਜਣ ਹੈ। ਹਾਂ, ਦੂਜੇ ਸਾਡੀ ਜਿਹੜੀ ਕੁਛ ਅਸੀਂ ਆਪਣੀ ਸੋਚ ਦੇ ਮੁਤਾਬਿਕ ਜਿਹੜੀ ਸਾਡੇ ਅਨਪ੍ਰੋਡਕਟਿਵ ਗਾਵਾਂ ਆਉਂਦੀਆਂ ਜੀ, ਅਸੀਂ ਡਾਕਟਰ ਸਾਹਿਬ ਦੇ ਨਾਲ ਇਹਨਾਂ ਨੂੰ ਕਿਹਾ ਹੋਇਆ ਵੀ ਇਹਨਾਂ ਨੂੰ ਦੁੱਧ ਦੇ ਕਾਬਲ ਬਣਾਇਆ ਜਾਵੇ। ਅੱਛਾ ਜੀ। ਤਾਂ ਕਿ ਜਿਹੜਾ ਸਮਾਜ ਦੇ ਵਿੱਚ ਅਸੀਂ ਦੁੱਧ ਵੀ ਜਾਵੇ ਸਾਡਾ ਪਿਓਰ। ਅੱਛਾ ਜੀ। ਹਾਂਜੀ, ਅਤੇ ਨਾਲੇ ਸਾਡੀ ਜਿਹੜੀ ਇਨਕਮ ਆਫ ਸੋਰਸ ਸਾਡਾ ਬਣੇ। ਅਤੇ ਕਿੰਨਾ ਕੁ ਗਊਧਨ ਹੈ ਜਦੋਂ ਦੁੱਧ ਹੁਣ ਤੁਸੀਂ ਪੈਦਾ ਕਰ ਰਹੇ ਹੋ? ਤਕਰੀਬਨ ਵੈਸੇ ਤਾਂ ਸਾਡੇ ਕੋਲ 1300 ਹੈ, ਲੇਕਿਨ ਸਾਡੇ ਕੋਲ ਜਿਹੜਾ ਗਊ ਤਾਂ ਆਪਣੇ ਦੁੱਧ ਵਾਲਾ ਹੈ ਉਹ ਤਕਰੀਬਨ 170 ਦੇ 80 ਦੇ ਲਗਭਗ। ਬਹੁਤ ਅੱਛੀ ਗੱਲ ਹੈ, ਮਤਲਬ ਇਹ ਦੁਬਾਰਾ ਇਹਨਾਂ ਨੂੰ ਉਸ ਕਾਬਿਲ ਬਣਾਇਆ ਗਿਆ ਹੈ ਜੀ? ਹਾਂਜੀ 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 ਹਾਂਜੀ। ਅਤੇ ਦੁਬਾਰਾ ਕਾਬਿਲ ਬਣਾ ਕੇ ਇਹਨਾਂ ਨੂੰ ਦੁੱਧ ਦੇਣ ਦਾ, ਹਾਂਜੀ, ਅਤੇ ਉਹਦੇ ਨਾਲ ਵੀ ਖਰਚਾ ਕਾਫੀ ਚੱਲ ਜਾਂਦਾ, ਮਤਲਬ ਉਹਦੇ ਨਾਲ ਖਰਚਾ ਚੱਲੀ ਜਾਂਦਾ। ਬਾਕੀ ਜਿਹੜੀ ਹੈ ਇਸ ਵਕਤ ਜਿਸ ਤਰ੍ਹਾਂ ਪ੍ਰਧਾਨ ਜੀ ਨੇ, ਕੈਲਾਸ਼ ਜੀ ਨੇ ਕਿਹਾ ਵੀ ਅਸੀਂ ਮਿਊਂਸੀਪਲ ਕੌਂਸਲ ਕੋਲੋਂ ਤਕਰੀਬਨ 80 ਲੱਖ ਰੁਪਇਆ, 65 ਲੱਖ ਰੁਪਏ ਅਸੀਂ ਹਲੇ ਡਿਊ ਰਹਿੰਦੇ, ਜਿਹੜੀ ਕਿ ਉਹ ਗਊ ਛੱਡ ਕੇ ਗਏ ਸੀ ਸਾਡੇ ਪਾਸ। ਅੱਛਾ ਜੀ, ਉਹਨਾਂ ਨੇ ਕਿਹਾ ਵੀ ਜ਼ਿੰਮੇਵਾਰੀ ਐਗਰੀਮੈਂਟ ਕੀਤੇ ਗਵਰਨਮੈਂਟ ਨੇ? ਹਾਂਜੀ। ਅੱਛਾ ਅੱਛਾ ਜੀ। ਲੇਕਿਨ ਉਹਨਾਂ ਦੀ ਬਦਕਿਸਮਤੀ ਆ ਵੀ ਸਰਕਾਰ ਇਸ ਵੱਲ ਧਿਆਨ ਨਹੀਂ ਦਿੰਦੀ ਜੀ। ਠੀਕ ਹੈ ਵੀ ਗਊਆਂ ਦੀ ਸੇਵਾ ਤਾਂ ਚੱਲੀ ਜਾਣੀ ਹੈ। ਰਮੇਸ਼ ਜੀ, ਇੱਕ ਬੜੀ ਵੱਡੀ ਗੱਲ ਹੈ, ਮੈਂ ਕਿਸੇ ਸੰਤਾਂ ਨਾਲ ਕਦੇ ਗੱਲਬਾਤ ਮੇਰਾ ਮਿਲਣਾ ਹੁੰਦਾ ਕਈ ਵਾਰ, ਚਲੋ ਇੰਟਰਵਿਊਜ਼ ਵੀ ਕਰਦੇ ਹਾਂ, ਅਤੇ ਇੱਕ ਬੜੀ ਵੱਡੀ ਗੱਲ ਮਨ ਦੇ ਵਿੱਚ ਆਉਂਦੀ ਹੈ। ਇੱਕ ਤਾਂ ਆਪਾਂ ਗਊ ਨੂੰ ਗਊ ਮਾਤਾ ਕਹਿੰਦੇ ਹਾਂ, ਇਹਦਾ ਕਾਰਨ ਸ਼ਾਇਦ ਇਹੀ ਹੋ ਸਕਦਾ, ਤੁਸੀਂ ਕੀ ਸੋਚਦੇ ਹੋ ਕਿ ਜਿਹੜੇ ਇਨਸਾਨ ਦੀ ਜਿਹੜੀ ਪੈਦਾਵਾਰ ਹੋਈ ਹੈ ਇਸ ਤੋਂ ਜਿਹੜਾ ਪਿਛਲਾ ਜਨਮ ਸੀ ਉਹ ਕਹਿੰਦੇ ਗਊ ਮਾਤਾ ਦਾ ਸੀ? ਇਸ ਤਰ੍ਹਾਂ ਸੀ, ਜੇ ਅਸੀਂ ਇਤਿਹਾਸ ਨੂੰ ਫਰੋਲੀਏ ਤਾਂ ਜਦੋਂ ਸਮੁੰਦਰ ਮੰਥਨ ਹੋਇਆ ਜੀ ਤਾਂ ਸਭ ਤੋਂ ਉਤਪਤੀ ਜਿਹੜੀ ਪਹਿਲੇ ਹੈ ਗਊ ਮਾਤਾ ਦੀ ਉਤਪਤੀ ਹੋਈ ਹੈ ਇਨਸਾਨ ਤੋਂ ਪਹਿਲਾਂ ਵੀ, ਹਾਂਜੀ, ਆਪਾਂ ਸਮਝੀਏ ਉਸ ਵੇਲੇ ਦੀ। ਠੀਕ ਹੈ ਜੀ। ਔਰ ਸਭ ਤੋਂ ਵੱਧ ਜਿਹੜਾ ਹੋ ਰਹੇ ਨੇ, ਸਾਰੇ ਨੇ ਕਿਸੇ ਨੇ ਆਪਣਾ ਅੰਮ੍ਰਿਤ ਮੰਗ ਲਿਆ, ਕਿਸੇ ਨੇ ਕੁਛ ਮੰਗ ਲਿਆ ਜੀ, ਲੇਕਿਨ ਜਿਹੜੀ ਇਹਨੂੰ ਕਾਮਧੇਨੁ ਗਊ ਜਿਹੜੀ ਹੈਗੀ ਇਹ ਕਾਮਧੇਨੁ ਗਊ ਦੇ ਹੀ ਸਾਰਾ ਰੰਗ ਲੱਗੇ ਹੋਏ ਆ ਸਾਰੇ ਦੁਨੀਆਂ ਤੇ ਇਸ ਗਊ ਮਾਤਾ ਦੀ ਜਿਹੜੀ ਕਿਰਪਾ ਹੋ ਰਹੀ ਹੈ। ਬੇਸਿਕਲੀ ਕੀ ਹੈ, ਸਾਨੂੰ ਸਾਰੇ ਗਊ ਮਾਤਾ ਬਾਰੇ ਅਸੀਂ ਸ਼ਬਦ ਬਚੀਏ ਵੀ ਸ਼ਬਦ ਅਰਥ ਕੀ ਹੈ ਇਹਦਾ ਜੀ। ਬੇਸਿਕ ਜਿਹੜੀ ਆ ਗਊ ਵਿਦੇਸ਼ੀ ਧਨ ਹੈ, ਅਸੀਂ ਇਹਨੂੰ ਗਊ ਮੰਨਦੇ ਹੀ ਨਹੀਂ ਹੈਗੀ ਜੀ। ਗਾਂ ਜਿਹੜੀ ਸਾਡੇ ਹਿੰਦੁਸਤਾਨ ਦੇ 34 ਨਸਲਾਂ ਅੱਜ ਪ੍ਰੈਜੈਂਟ ਹੈ ਜੀ, ਉਹ ਸਾਡੀਆਂ ਮਾਵਾਂ ਵੀ ਹੈ, ਸਾਡੇ ਮਾਂ ਵੀ ਹੈ, ਬਾਪ ਵੀ ਹੈ, ਸਾਡੇ ਧੀ ਵੀ ਹੈ, ਪੁੱਤ ਵੀ ਹੈ ਜੀ। ਇਹ ਕਿ ਸਾਡੇ ਇਹ ਤਾਂ ਨਾ ਧੀ ਨਾ ਪੁੱਤ ਨਾ ਮਾਂ ਬਾਪ, ਇਹ ਤਾਂ ਸਾਡੇ ਬਲਕਿ ਸਾਡੀ ਹਿੰਦੁਸਤਾਨ ਦੀ ਜਿਹੜੀ ਨਸਲ ਵਿਗਾੜਤੀ ਸਾਡੀ ਇਸ ਗਾਂ ਨੇ ਤਾਂ ਲਿਆ ਕੇ। ਅੱਛਾ, ਜਿਹੜੀ ਫੋਰਨ ਤੋਂ ਲਿਆ ਕੇ, ਫੋਰਨ ਤੋਂ ਲਿਆ ਕੇ ਵੀ ਸੀਡ ਇਹਨਾਂ ਨੇ ਕਰਤਾ ਲਿਆ ਕੇ ਸਾਡੀ ਨਸਲ ਵਿਗਾੜਤੀ। ਅਦਰਵਾਈਜ਼ ਅੱਜ ਵੀ ਸਾਡੀ ਹਿੰਦੁਸਤਾਨ ਦੀ ਦੁਨੀਆਂ ਦੇ ਵਿੱਚ ਸ਼ਾਹੀਵਾਲ ਜਿਹੜੀ ਪੰਜਾਬੀ ਨਸਲ ਹੈ ਅੱਜ ਹਿੰਦੂ ਦੁਨੀਆਂ ਦੇ ਵਿੱਚ ਟੌਪ ਮੋਸਟ ਨਸਲ ਹੈ ਜਿਹਨੂੰ ਮੰਨਿਆ ਜਾਂਦਾ ਹੈ। ਰਮੇਸ਼ ਜੀ, ਇੱਕ ਗੱਲ ਮੈਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਹਿਣੀ ਚਾਹੂੰਗਾ, ਜਿਹੜੀਆਂ ਨਸਲਾਂ ਵਿਗੜ ਜਾਂਦੀਆਂ ਉਹ ਨਸਲਾਂ ਨੂੰ ਸੰਭਾਲਣਾ ਬਹੁਤ ਔਖਾ ਹੈ, ਕਿਉਂਕਿ ਜਿਹੜੇ ਲੋਕ ਨੇ ਅੱਜ ਅਸੀਂ ਬਾਹਰ ਨੂੰ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਾਂ ਅਤੇ ਸਾਡੇ ਲੋਕਾਂ ਦੀ ਜਿਹੜੇ ਆਪਸ ਦੇ ਵਿੱਚ ਜਿਹੜੀ ਇਹਨੂੰ ਆਪਾਂ ਮੇਲਜੋਲ ਵੱਧ ਰਿਹਾ ਆਪਾਂ ਸਮਝ ਸਕਦੇ ਹਾਂ ਇਸ ਗੱਲ ਨੂੰ, ਅਤੇ ਉਹਦੇ ਬਾਅਦ ਜਿਹੜੀ ਸਾਡੀ ਨਸਲ ਪੈਦਾ ਹੋ ਰਹੀ ਹੈ ਦੁਨੀਆਂ ਦੇ ਵਿੱਚ ਉਸ ਨਸਲ ਦਾ ਖਤਰਾ। ਮੈਂ ਹਿੰਦੁਸਤਾਨ ਬਾਰੇ ਇੱਕ ਹੋਰ ਰਮੇਸ਼ ਜੀ ਗੱਲ ਸੋਚਦਾ ਹੁੰਦਾ ਕਿ ਮੈਨੂੰ ਕਿਸੇ ਡਾਕਟਰ ਸਾਹਿਬ ਨੇ ਦੱਸੀ, ਡਾਕਟਰ ਸਾਹਿਬ ਤੁਹਾਡੇ ਨਾਲ ਡਿਸਕਸ ਵੀ ਇਹ ਸੋਚ ਦੀ ਗੱਲ ਹੈ ਕਿ ਜਿੰਨੀਆਂ ਵੀ ਬਿਮਾਰੀਆਂ ਹਿੰਦੁਸਤਾਨ ਦੇ ਵਿੱਚ ਆਈਆਂ ਬਾਹਰਲੇ ਮੁਲਕਾਂ ਤੋਂ ਆਈਆਂ, ਹਿੰਦੁਸਤਾਨ ਤੋਂ ਕੋਈ ਵੀ ਬਿਮਾਰੀ ਬਾਹਰਲੇ ਮੁਲਕ ਦੇ ਵਿੱਚ ਨਹੀਂ ਗਈ। ਕਰੋਨਾ ਵਾਇਰਸ ਵੀ ਹੁਣ ਚਾਈਨਾ ਤੋਂ ਆਇਆ, ਤੇ ਇਹ ਬੜੀ ਵੱਡੀ ਗੱਲ ਹੈ। ਇਹ ਇੱਕ ਇੰਨਾ ਕੁ ਧਾਰਮਿਕ ਜਿਹੜਾ ਦੇਸ਼ ਹੈ, ਇੱਥੇ ਬਹੁਤ ਕੁਛ ਹੁੰਦਾ, ਕਰਪਸ਼ਨ ਹੁੰਦੀ ਹੈ, ਕ੍ਰਾਈਮ ਹੁੰਦਾ, ਸਭ ਕੁਛ ਹੁੰਦਾ, ਲੇਕਿਨ ਇੰਨੇ ਲੋਕਾਂ ਨੂੰ ਸੰਭਾਲਣਾ ਵੀ ਬਹੁਤ ਔਖਾ ਹੈ ਰਮੇਸ਼ ਜੀ। ਅਤੇ ਉਹੀ ਗੱਲ ਹੈ, ਇੰਨਾ ਜਿਹੜਾ ਗਊਧਨ ਹੈ ਉਹਨੂੰ ਆਪਣੀਆਂ ਜਿਹੜੀਆਂ ਗਊਸ਼ਾਲਾ ਨੇ ਸੰਭਾਲ ਰਹੀਆਂ, ਬਹੁਤ ਅੱਛੀ ਗੱਲ ਹੈ। 472 ਗਊਸ਼ਾਲਾ ਪੰਜਾਬ ਦੇ ਅੰਦਰ ਮੌਜੂਦ ਹਨ ਜੀ, ਔਰ ਤਕਰੀਬਨ 3 ਲੱਖ ਤੋਂ ਉੱਪਰ ਸੇਵਾ ਸੰਭਾਲ ਕੀਤੀ ਜਾਂਦੀ ਜੀ ਪੰਜਾਬ ਦੇ ਅੰਦਰ ਜੀ। ਇਹ ਅੱਜ ਪਹਿਲੀ ਵਾਰ ਪਤਾ ਲੱਗ ਰਿਹਾ ਹੋਊ ਦਰਸ਼ਕਾਂ ਨੂੰ ਸਾਡੇ, ਮੇਰੇ ਖਿਆਲ ਪਹਿਲੇ ਫਸਟ ਟਾਈਮ ਪਤਾ ਲੱਗ ਰਿਹਾ ਹੁਣੇ ਗੱਲ ਲੱਗੇਗਾ ਵੀ ਜਿਹੜਾ ਵੀ ਕੋਈ ਸੁਣੇਗਾ। ਔਰ ਮੈਂ ਸਭ ਨੂੰ ਬੇਨਤੀ ਕਰੂੰਗਾ ਵੀ ਗਊਸ਼ਾਲਾ ਦੇ ਨਾਲ ਹਰ ਇੱਕ ਬੰਦਾ ਜਾ ਕੇ
ਔਰ ਗਊਆਂ ਦੀ ਸੇਵਾ ਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਵੇ। ਰਮੇਸ਼ ਜੀ, ਪ੍ਰਧਾਨ ਜੀ, ਮੈਨੂੰ ਇੱਕ ਗੱਲ ਬੜੀ ਸੋਹਣੀ ਲੱਗੀ। ਕੁਝ ਦਿਨ ਪਹਿਲਾਂ ਕੈਨੇਡਾ ਤੋਂ ਮੇਰੇ ਸਿਸਟਰ ਆਏ, ਉਹਨਾਂ ਦਾ ਮਨ ਆਉਂਦੇ ਸਾਰ ਇੱਕੋ ਗੱਲ ਹੁੰਦਾ ਹੈ ਅਤੇ ਬਈ ਗਊਸ਼ਾਲਾ ਦੇ ਵਿੱਚ ਅਸੀਂ ਗਊਆਂ ਨੂੰ ਕੱਖ ਪਾ ਕੇ ਆਉਣਾ ਜੀ ਜੀ, ਠੀਕ ਹੈ। ਅਸੀਂ ਲੋਕ ਇੱਥੇ ਰਹਿੰਦੇ ਹੋਏ ਇਹ ਕੰਮ ਕਿਉਂ ਨਹੀਂ ਕਰ ਪਾ ਰਹੇ? ਸਾਡੇ ਮਨ ਦੇ ਵਿੱਚ ਗਊ ਦੀ ਜਿਹੜੀ ਇੱਜ਼ਤ ਹੈ ਗਊ ਮਾਤਾ ਦੀ, ਉਹ ਇੰਨੀ ਨਹੀਂ, ਕੀ ਕਾਰਨ ਹੈ ਇਹ? ਜਿਹੜੇ ਬੰਦੇ ਗਊ ਮਾਤਾ ਨੂੰ ਮੰਨਦੇ ਆ ਜੀ ਜੀ, ਉਹ ਕਿਸੇ ਗੱਲ ਦੀ ਪਰਵਾਹ ਨਹੀਂ, ਉਹਨਾਂ ਦੇ ਘਰੇ ਰਹੂਗੀ ਜੀ। ਮੈਂ ਤਾਂ ਇਹੀ ਕਹੂੰਗਾ ਜੀ, ਸਾਡੇ ਤਾਂ ਗੁਰੂਆਂ ਨੇ ਵੀ ਇਹੀ ਦੱਸਿਆ ਸੀਗਾ ਜੀ, ਬੇਟਾ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਹੈ, ਗਊ ਮਾਤਾ ਦੀ ਸੇਵਾ ਕਰ। ਗਊ ਮਾਤਾ ਦੀ ਜਿੰਨੀ ਵੀ ਸੇਵਾ ਹੋ ਸਕਦੀ ਆ ਜੀ, ਉਹ ਵੱਧ ਤੋਂ ਵੱਧ ਕਰੋ ਜੀ। ਜਿੰਨੇ ਵੀ ਸਾਡੇ ਮੈਂਬਰ ਨੇ ਜੀ, ਸਾਰੇ ਰਾਤ ਦਿਨ ਇੱਕ ਕੀਤੀ ਹੋਈ ਆ ਜੀ, ਅਤੇ ਸਾਰੀ ਗਊਸ਼ਾਲਾ ਨੂੰ ਉੱਚੀ ਚੱਕਣ 'ਤੇ ਸਹਿਯੋਗ ਦਿੰਦੇ ਨੇ। ਅੱਜ ਤੁਸੀਂ ਇਹ ਸਮਝ ਲਓ ਸਾਡੇ ਪਿਆਰੇ ਦਰਸ਼ਕੋ, ਕਿ ਅਸੀਂ ਸਿਰਫ ਸੰਗਰੂਰ ਦੇ ਵਿੱਚ ਗਊਸ਼ਾਲਾ ਦੇ ਵਿੱਚ ਰਮੇਸ਼ ਜੀ ਦੀ ਜਾਂ ਪ੍ਰਧਾਨ ਜੀ ਦੀ ਜਾਂ ਡਾਕਟਰ ਸਾਹਿਬ ਦੀ ਇੰਟਰਵਿਊ ਨਹੀਂ ਕਰ ਰਹੇ, ਇਹਨਾਂ ਨਾਲ ਗੱਲਬਾਤ ਨਹੀਂ ਕਰ ਰਹੇ। ਸਾਡਾ ਮਕਸਦ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਵੀ ਜਿਹੜੀਆਂ ਸਾਡੀਆਂ ਦੇਸੀ ਗਊ ਮਾਤਾ ਹੈ ਸਾਡੀ, ਅਸੀਂ ਚਾਹੁੰਦੇ ਹਾਂ ਕਿ ਉਹਦੀ ਸੇਵਾ ਸੰਭਾਲ ਹੋਵੇ, ਅਤੇ ਸਰਕਾਰਾਂ ਨੂੰ ਵੀ ਇਹ ਚਾਹੀਦਾ, ਇਹ ਜਿਹੜੇ ਸਾਡੇ ਤੋਂ ਟੈਕਸ ਲਿੱਤੇ ਜਾਂਦੇ ਨੇ, ਇਹ ਟੈਕਸ ਉਸ ਚੰਗੇ ਕੰਮ 'ਤੇ ਲੱਗਣ ਤਾਂ ਜੋ ਜਿਹੜੇ ਇਹ ਮਿਨਿਸਟਰ ਨੇ ਜਾਂ ਸਾਡੇ CM ਨੇ ਜਾਂ PM ਨੇ ਦੇਸ਼ ਦੇ, ਉਹ ਉਸ ਲੈਵਲ 'ਤੇ ਜਾ ਕੇ ਇਹ ਸੋਚ ਸਕਣ ਕਿ ਅਸੀਂ ਵੀ ਜ਼ਿੰਦਗੀ ਦੇ ਵਿੱਚ ਕੁਛ ਚੰਗੇ ਕਰਮ ਕਮਾਏ ਨੇ, ਅਤੇ ਇਹੀ ਸਾਡੀ ਆਸ ਹੈ। ਹੁਣ ਤੁਹਾਨੂੰ ਅਸੀਂ ਪੂਰੀ ਜਿਹੜਾ ਗਊਸ਼ਾਲਾ ਸਾਰੀ ਉਹਦੇ ਦਰਸ਼ਨ ਕਰਵਾਉਂਦੇ ਹਾਂ। ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਿਸ ਤਰ੍ਹਾਂ ਤੁਹਾਨੂੰ ਸਵਾਲ ਕੀਤਾ ਨਸਲ ਦੇ ਬਾਰੇ ਜੀ, ਸਾਡਾ ਜਿਹੜਾ ਪ੍ਰੋਗਰਾਮ ਆ, ਅਸੀਂ ਸੰਗਰੂਰ ਆਪਣੇ ਗਊਸ਼ਾਲਾ ਦੇ ਵਿੱਚ ਨਸਲ ਸੁਧਾਰ ਦਾ ਕੰਮ ਸ਼ੁਰੂ ਕੀਤਾ ਹੋਇਆ ਜੀ। ਤੁਹਾਨੂੰ ਗਊਆਂ ਦੀ ਨਸਲ ਸੁਧਾਰ, ਹਾਂ, ਤੁਹਾਨੂੰ ਦਿਖਾਵਾਂਗੇ ਅਸੀਂ ਵੀ ਅਸੀਂ ਕਿੰਨੀ ਨਸਲ ਸੰਭਾਲ ਕੀਤੀ ਹੈ, ਔਰ ਆਉਣ ਵਾਲੀ ਜੈਨਰੇਸ਼ਨ ਨੂੰ ਅਸੀਂ ਕੁਝ ਦੇ ਕੇ ਜਾਵਾਂਗੇ, ਤਾਂ ਕਿ ਜਿਹੜਾ ਆਉਣ ਵਾਲਾ ਸਮਾਜ ਹੈ ਜਾਂ ਸਾਡੇ ਜਿਹੜੇ ਬੱਚੇ ਹੈ, ਕਮ ਸੇ ਕਮ ਉਹ ਜ਼ਹਿਰ ਵਾਲਾ ਦੁੱਧ ਨਹੀਂ ਪੀਣਗੇ ਜੀ। ਬਗੈਰ ਜ਼ਹਿਰ ਤੋਂ ਅਸੀਂ ਦੁੱਧ ਪਿਲਾਉਣ ਦੀ ਕੋਸ਼ਿਸ਼ ਕਰਾਂਗੇ ਜੀ, ਇਹ ਸਾਡਾ ਪ੍ਰਯਾਸ। ਰਮੇਸ਼ ਜੀ ਨੇ ਬਹੁਤ ਸੋਹਣੀ ਗੱਲ ਕੀਤੀ ਕਿ ਮੈਂ ਕਿਸੇ ਬਜ਼ੁਰਗਾਂ ਦੇ ਨਾਲ ਪਰਸੋਂ ਹੀ ਵਾਰਤਾਲਾਪ ਕਰ ਰਿਹਾ ਸੀ, ਤਕਰੀਬਨ 100 ਦੇ ਬਰਾਬਰ ਉਹਨਾਂ ਦੀ ਏਜ ਪਹੁੰਚ ਚੁੱਕੀ ਸੀ। ਉਹ ਕਹਿੰਦੇ ਅਸੀਂ ਇੰਨੀ ਕੁ ਜ਼ਹਿਰ ਖਾ ਰਹੇ ਹਾਂ, ਪੀ ਰਹੇ ਹਾਂ ਕਿ ਸਾਡੇ ਸਰੀਰ ਦੇ ਵਿੱਚ ਜ਼ਹਿਰ ਘੁਲ ਚੁੱਕੀ ਹੈ। ਇਸੇ ਕਰਕੇ ਜਿਹੜਾ ਇਨਸਾਨ ਹੈ ਹੁਣ 50 ਤੋਂ 60 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ। ਜੇ ਅਸੀਂ ਆਪਣੇ ਦੇਸ਼ ਦੀ, ਆਪਣੀ ਕੌਮ ਦੀ, ਆਪਣੇ ਸਿਸਟਮ ਦੀ ਸੇਵਾ ਸੰਭਾਲ ਨਾ ਕੀਤੀ ਤਾਂ ਸਾਨੂੰ ਪਛਤਾਉਣਾ ਪਊਗਾ ਅੱਜ ਨਹੀਂ ਤੱਕ।